ਬਟ ਬਾਈ ਇਹ ਪੰਜਾਬੀ ਇੰਡਸਟਰੀ ਦੇ ਆਪ ਬੀਜੇ ਹੋਏ ਕੰਡੇ ਨੇ ਹੁਣ ਹੁਣ ਪੰਜਾਬੀ ਕਰਕੇ ਲਿਖਿਆ ਗਿਆ ਤੂੰ ਸਲਮਾਨ ਖਾਨ ਨਾਲ ਫਿਰਦਾ ਜਿੱਪੀ ਗਰੇਵਾਲ ਦੇ ਜਿਹੜਾ ਬੈਂਗਲੋ ਆ ਕੈਨੇਡਾ ਦੇ ਵਿੱਚ ਉਹ ਤੇ ਹੋ ਗਿਆ ਫਾਇਰਿੰਗ ਧੀ ਪੁੱਤ ਮਾਰਨਾ ਯਾਰ ਬਿਨਾਂ ਗੱਲੋਂ ਜਾਂ ਪੈਸਿਆਂ ਕਰਕੇ ਲਾ ਲਾ ਜਾਂ ਨਿੱਕੀ ਗੱਲ ਕਰਕੇ ਲਾ ਲਾ ਜਿਵੇਂ ਅੱਜ ਚਾਨਣਾ ਘੈਂਟ ਆ ਅੱਜ ਵਧੀਆ ਕੱਲ ਆਪਣੇ ਮਸਟੈਂਗ ਸੀ ਕੋਲੇ ਤੇ ਉਹ ਚ ਹਨੇਰਾ ਜ਼ਿਆਦਾ ਲਾਈਟ ਘੱਟ ਹੋ ਗਿਆ ਜਹਾਜ਼ ਛੂਕਦਾ ਉੱਪਰ ਦੀ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਚੈਨਲ ਦਾ ਨਾਂ ਹੈਗਾ ਡੂਬਰੋ ਵਲੌਗ ਤੇ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਵਲੌਗਸ ਨੂੰ ਰੀਲਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮਤਲਬ ਇੰਨਾ ਅਸੀਂ ਸੋਚਿਆ ਵੀ ਨਹੀਂ ਜਿੰਨਾ ਕਿ ਸਾਨੂੰ ਪਿਆਰ ਮਿਲ ਰਿਹਾ ਵਾ ਹਨਾ ਇੰਨਾ ਹੀ ਬਹੁਤ ਹੁੰਦਾ ਸਾਡੇ ਲਈ ਮਤਲਬ ਕਿ ਅਗਰ ਦੇਖੂਗਾ ਅਗਰ ਕੋਈ ਐਨਾਲਾਈਜ਼ ਕਰੂਗਾ ਵੀ ਯਾਰ ਤੁਸੀਂ ਇੰਨੇ ਕੁ ਨਾਲ ਹੀ ਖੁਸ਼ ਹੋ ਜਾਂਦੇ ਅਸੀਂ ਇੱਕ ਦੋ ਕਮੈਂਟਾਂ ਨਾਲ ਹੀ ਖੁਸ਼ ਹੋ ਜਾਂਦੇ ਹਾਂ ਹਨਾ ਲੇਕਿਨ ਕਮੈਂਟਾਂ ਦੀ ਤਾਂ ਪਛਾਰ ਲੱਗੀ ਪਈ ਆ ਆਪਣੇ ਹਨਾ ਅਤੇ ਥੈਂਕ ਯੂ ਸੋ ਮੱਚ ਇੱਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਔਰ ਤੁਹਾਡੀ ਸਪੋਰਟ ਕਰਕੇ ਹੀ ਹੋ ਰਿਹਾ ਸਾਰਾ ਕੁਛ ਅਤੇ ਅੱਜ ਦੀ ਤਾਜ਼ਾ ਖਬਰ ਅੱਜ ਦੀ ਤਾਜ਼ਾ ਖਬਰ ਆਪਾਂ ਵੀ ਜਿਹੜੇ ਚੈਨਲ ਆ ਅੱਜ ਕੱਲ੍ਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹਨਾਂ ਵਾਂਗੂ ਫਿਰ ਦੋਗਲੀ ਨੀਤੀ ਜੀ ਕਰਦੀ ਹੈ ਅਸੀਂ ਪੁਸ਼ਟੀ ਨਹੀਂ ਕਰਦੇ ਅਸੀਂ ਇਹ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਤੁਹਾਨੂੰ ਖਬਰ ਅਸੀਂ ਦੱਸ ਦਿੰਦੇ ਹਾਂ ਚੱਲ ਰਹੀ ਹੈ ਹਨਾ ਅਤੇ ਇਹ ਖਬਰ ਆਪਾਂ ਗੱਡੀ ਖੜਾਉਂਦੇ ਹਾਂ ਜਾਂਦੇ ਹਾਂ ਐਨ ਪੂਰੇ ਤਸੱਲੀ ਬਖਸ਼ ਗੱਡੀ ਪਾਰਕ ਕਰਕੇ ਫਿਰ ਤੁਹਾਨੂੰ ਸਾਰੀ ਖਬਰ ਪੜ੍ਹ ਕੇ ਸੁਣਾਉਂਦੇ ਹਾਂ ਸਮਝ ਗਏ ਸਟੇ ਟਿਊਨਡ ਨਾਲ ਬਣੇ ਰਹੇ ਹੋ ਗੱਲ ਬਹੁਤ ਘੈਂਟ ਆ ਚੰਗਾ ਬਾਬਾਸ ਲਓ ਜੀ ਆਪਾਂ ਆ ਗਏ ਪਾਰਕਿੰਗ 'ਚ ਪਾਰਕਿੰਗ ਲਾ ਲਈ ਹੈ ਗੱਡੀ ਗੱਲ ਆਪਾਂ ਇਹ ਦੱਸਣੀ ਸੀਗੀ ਅੱਜ ਦੀ ਜਿਹੜੀ ਖਬਰ ਚੱਲ ਰਹੀ ਹੈ ਗਿੱਪੀ ਗਰੇਵਾਲ ਦੇ ਜਿਹੜਾ ਬੈਂਗਲੋ ਆ ਕੈਨੇਡਾ ਦੇ ਵਿੱਚ ਉਹ 'ਤੇ ਹੋਈ ਆ ਫਾਇਰਿੰਗ ਹਨਾ ਗੈਂਗਸਟਰਾਂ ਵੱਲੋਂ ਅਤੇ ਗੱਲ ਫਿਰ ਆ ਗਈ ਨਾ ਉਹੀ ਉੱਥੇ ਅਗਰ ਤੁਸੀਂ ਆਪਣਾ ਪੁਰਾਣਾ ਵਲੌਗ ਦੇਖੋ ਕਰਨ ਔਜਲੇ ਵਾਲਾ ਜਿਹ 'ਚ ਆਪਾਂ ਦੱਸਿਆ ਵੀ ਕਰਨ ਔਜਲਾ ਕਿਉਂ ਸ਼ਿਫਟ ਹੋਇਆ ਇੱਥੇ ਅਤੇ ਉਹ 'ਚ ਵੀ ਦੱਸਿਆ ਆਪਾਂ ਇਹ ਬਾਈ ਜੀ ਮੋੜ ਘੋੜ ਗੱਲ ਆਉਣੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੰਗਰਾਂ ਦੀ ਜਦੋਂ ਤਾਂ ਕੋਈ ਬੋਲਣ ਵਾਲਾ ਸੀਗਾ ਇੱਥੇ ਜੱਟ ਸਿੱਧੂ ਮੂਸੇ ਵਾਲਾ ਝੋਟਾ ਹਨਾ ਅਤੇ ਉਹਨੇ ਆਵਾਜ਼ ਚੱਕੀ ਸੀਗੀ ਉਹ ਸਿਰਫ ਆਹੀ ਆਹੀ ਗੱਲੋਂ ਫਾਈਟ ਕਰਦਾ ਸੀਗਾ ਉਦੋਂ ਕਿਸ ਨੇ ਉਹਦੀ ਸੁਣੀ ਨਹੀਂ ਸਹੀ ਆ ਅਤੇ ਉਦੋਂ ਉਹਨੂੰ ਮਤਲਬ ਗਾਲਾਂ ਵੀ ਕੱਢੀਆਂ ਹੋਣੀਆਂ ਜਾਂ ਪਿੱਛੋਂ ਉਂਗਲ ਵੀ ਲਾਈ ਹੋਣੀ ਆ ਬਾਈ ਚੱਕ ਦਿਓ ਕਰ ਦਿਓ ਕੰਮ ਹਨਾ ਅਤੇ ਉਹ ਗੱਲ ਕਰਦੀ ਕਰਦੀ ਚਲੋ ਠੀਕ ਆ ਜੋ ਰੱਬ ਨੂੰ ਮਨਜ਼ੂਰ ਸੀ ਉਹਦੇ ਨਾਲ ਹੋ ਗਿਆ ਬੜਾ ਮਤਲਬ ਮੰਦਭਾਗੀ ਉਹ ਸੀਗੀ ਜੇ ਉਦੋਂ ਬਾਈ ਉਹਦਾ ਸਾਥ ਦਿੱਤਾ ਹੁੰਦਾ ਨਾ ਉਹ ਸਭ ਬਚੇ ਰਹਿੰਦੇ ਹੁਣ ਕਿਸੇ ਨੇ ਨਹੀਂ ਬਚਣਾ ਸਭ 'ਤੇ ਆਉਣੀ ਆ ਇੱਕ ਇੱਕ ਕਰਕੇ ਸਭ 'ਤੇ ਆਉਣੀ ਆ ਉਹ ਜੱਟ ਆਵਾਜ਼ ਚੱਕਦਾ ਚੱਕਦਾ ਉਹ ਲੜਦਾ ਲੜਦਾ ਇਕੱਲਾ ਹੀ ਵਿਚਾਰਾ ਇਕੱਲਾ ਹੀ ਕੋਈ ਨਹੀਂ ਬਥੇਰੇ ਨੇ ਉਂਗਲਾਂ ਲਾਈਆਂ ਹੋਣੀਆਂ ਜਿਨ੍ਹਾਂ ਨੇ ਉਂਗਲ ਲਾਈ ਹੋਣੀ ਉਹਦੇ ਖਿਲਾਫ ਤੁਹਾਡੇ 'ਤੇ ਸੂਈ ਆਈ ਲਓ ਠੀਕ ਆ ਤੁਹਾਨੂੰ ਦੱਸਿਆ ਮੈਂ ਅਸੀਂ ਪਹਿਲਾਂ ਹੀ ਦੱਸਿਆ ਇਹ ਗੱਲ ਇੱਥੇ ਤੱਕ ਪਹੁੰਚ ਜਾਣੀ ਆ ਹਰ ਇੱਕ ਦੇ ਘਰ 'ਚ ਅੱਗ ਪਹੁੰਚੂ ਹਰ ਇੱਕ ਦੇ ਘਰ 'ਚ ਸੇਕ ਪਹੁੰਚਣਾ ਇਹ ਚੀਜ਼ ਦਾ ਜਿਹੜੀ ਅੱਗ ਤੁਸੀਂ ਲਾਈ ਆ ਨਾ ਇਹਦਾ ਸੇਕ ਹਰ ਇੱਕ ਨੂੰ ਲੱਗੂਗਾ ਜਿੱਥੇ ਮਰਜ਼ੀ ਭੱਜ ਲਓ ਚਾਹੇ ਦੁਬਈ ਆ ਕੇ ਲੁੱਕ ਜਾਓ ਚਾਹੇ ਤੁਸੀਂ ਕੈਨੇਡਾ ਹੋ ਜਾਓ ਚਾਹੇ ਤੁਸੀਂ ਇੰਡੀਆ ਠੀਕ ਆ ਅੱਜ ਜਿਹੜੇ ਉਹਨਾਂ ਦਾ ਵੀ ਸਾਥ ਦਿੰਦੇ ਆ ਹਨਾ ਨਾਲ ਜਿਵੇਂ ਸਮਝ ਲਓ ਅੱਜ ਗਿੱਪੀ ਗਰੇਵਾਲ ਦੇ ਘਰੇ ਗੋਲੀਆਂ ਮਾਰੀਆਂ ਇਹ ਬਿਨਾਂ ਘਰ ਦੇ ਬੰਦੇ ਤੋਂ ਜਾਂ ਬਿਨਾਂ ਇੰਡਸਟਰੀ ਦੇ ਬੰਦੇ ਤੋਂ ਇਹ ਕੰਮ ਹੋ ਨਹੀਂ ਸਕਦਾ ਅਤੇ ਸਿੰਗਰ ਜਿਹੜੇ ਅੱਧੇ ਨਾਲ ਹੋਣਗੇ ਉਹਨੂੰ ਹੱਲਾਸ਼ੇਰੀ ਦੇਣ ਵਾਲੇ ਵੀ ਹਾਂ ਬਾਈ ਉਹਦਾ ਘਰ ਹੈ ਇੱਥੇ ਆ ਹੁਣ ਮਾਰ ਦਿਓ ਗੋਲੀਆਂ ਚੱਕ ਦਿਓ ਕੰਮ ਨੂੰ ਉਹਨਾਂ 'ਤੇ ਵੀ ਟਾਈਮ ਆਉਣਾ ਇਹ ਦੋਨੇ ਧਿਰਾਂ ਸੇਮ ਹੀ ਨੇ ਠੀਕ ਆ ਇਹਨਾਂ ਦਾ ਰਾਹ ਅਤੇ ਐਂਡ ਇਹਨਾਂ ਦਾ ਇੱਕੋ ਹੀ ਆ ਲੇਕਿਨ ਅਗਰ ਜਿੰਨਾ ਤੁਸੀਂ ਖਾਮੋਸ਼ ਬੈਠੇ ਰਹੋਗੇ ਸਾਰੇ ਸਿੰਗਰਾਂ ਨੂੰ ਮੇਰੀ ਇਹ ਗੱਲ ਆ ਗੱਲ ਇਹ ਆ ਨਾ ਬੈਠੇ ਇੰਡਸਟਰੀ ਬਹੁਤ ਵੱਡੀ ਆ ਬਾਈ ਇਹਨਾਂ 'ਚ ਪਾਵਰ ਵੀ ਆ ਆਮ ਲੋਕ ਥੋੜ੍ਹੀ ਆ ਇਹ ਹਾਂ ਇਹ ਇੱਕ ਗੱਲ ਕਰਨ ਸੁਣੀ ਜਾਂਦੀ ਹੈ ਪੰਜਾਬ 'ਚ ਪਹੁੰਚਦੀ ਆ ਤੇ ਸੁਣੀ ਜਾਂਦੀ ਆ ਸੁਣੀ ਜਾਂਦੀ ਆ ਹੁਣ ਇਹ ਜਿਵੇਂ ਗਿੱਪੀ ਤੇ ਗੋਲੀਆਂ ਚੱਲ ਗਈਆਂ ਤਾਂ ਬਾਕੀ ਬੈਠੇ ਇਹ ਦੇਖੀ ਜਾ ਰਿਹਾ ਵੀ ਆਪਣੇ ਕਿਹੜਾ ਕੁਛ ਹੋਇਆ ਹੋਇਆ ਬਟ ਇਹ ਕੱਲ ਉਹਨਾਂ ਦੀ ਪਹੁੰਚਣੀ ਹੀ ਪਹੁੰਚਣੀ ਆ ਸਿੱਧੂ ਗਿਆ ਗੇਟ ਸਭ ਤੇ ਆਉਣਾ ਹੀ ਆਉਣਾ ਰੱਬ ਨਾ ਕਰੇ ਉਹ ਜੀ ਕਿਸੇ ਨਾਲ ਹੋਵੇ ਜੋ ਸਿੱਧੂ ਨਾਲ ਹੋਈ ਆ ਨਾ ਹੋਈ ਆ ਬਟ ਰਗੜੇ ਸਭ ਜਾਣਗੇ ਸਭ ਤੇ ਹਾਵੀ ਹੋਣਗੇ ਹੋਣਗੇ ਲੋਕ ਹੁਣ ਉਹਦੇ ਗੋਲੀਆਂ ਘਰ ਤੇ ਚੱਲੀਆਂ ਨੇ
ਖਬਰ ਆ ਸ਼ੀਸ਼ੇ ਚੋਂ ਨਿਕਲ ਕੇ ਘਰ ਵੱਜੇ ਜਵਾਕ ਦੇ ਵੱਜਦੀ ਜਾਂ ਕੋਈ ਹੁੰਦਾ ਮੂਹਰੇ ਉਹਨਾਂ ਨੇ ਕਿਹੜਾ ਦੇਖ ਕੇ ਮਾਰੀਆਂ ਹੋਣੀਆਂ ਅੰਨੇ ਵਾਂਗੂ ਚਲਾਈਆਂ ਹੋਣੀਆਂ ਮੂਹਰੇ ਗੋਲੀਆਂ ਨਾਲੇ ਹਾਇਰ ਕੀਤੇ ਹੋਣੇ ਆ ਜਿਹਨਾਂ ਨੇ ਚਲਾਈਆਂ ਤੇ ਹੁਣ ਫਿਰ ਦੂਜੀ ਗੱਲ ਆ ਜੋ ਹੁਣ ਆ ਹੁਣ ਅਸੀਂ ਦੇਖਦੇ ਹਟੇ ਆ ਪ੍ਰੋ ਟੀਵੀ ਤੇ ਪੰਜਾਬ ਜਿਹੜਾ ਨਿਊਜ਼ ਚੈਨਲ ਆ ਫੇਸਬੁੱਕ ਤੇ ਹਨਾ ਉਹਨਾਂ ਨੇ ਚੈਨਲ ਤੇ ਪੋਸਟ ਪਾਈ ਹੋਈ ਆ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਉਹਨੇ ਪੋਸਟ ਸ਼ੇਅਰ ਕੀਤੀ ਆ ਵੀ ਅਸੀਂ ਜਿਹੜਾ ਸਲਮਾਨ ਖਾਨ ਦਾ ਯਾਰ ਦੋਸਤ ਆ ਅਸੀਂ ਉਹਨੂੰ ਇੱਦਾਂ ਕਰਾਂਗੇ ਅਸੀਂ ਉਹਨੂੰ ਇੱਦਾਂ ਕਰਾਂਗੇ ਸਾਰੀ ਗੱਲ ਉਹਨੇ ਲਿਖੀ ਆ ਹੁਣ ਇਹ ਨਹੀਂ ਪਤਾ ਇਹ ਲਾਰੈਂਸ ਬਿਸ਼ਨੋਈ ਦਾ ਨਾਂ ਯੂਜ਼ ਕੀਤਾ ਜਾ ਰਿਹਾ ਜਾਂ ਉਹ ਸੱਚੀ ਆ ਠੀਕ ਆ ਅਤੇ ਉਹਨਾਂ ਨੇ ਵੀ ਮਾਮਿਆਂ ਨੇ ਪੂਰੇ ਵਿਊ ਖੱਟਣੇ ਆ ਪੂਰੀ ਟ੍ਰੈਂਡਿੰਗ 'ਤੇ ਲੈ ਕੇ ਆਉਣੀ ਆ ਵੀਡੀਓ ਬਿਸ਼ਨੋਈ ਦਾ ਨਾਂ ਯੂਜ਼ ਕਰ ਕਰਕੇ ਲੇਕਿਨ ਐਂਡ 'ਤੇ ਲਿਖਿਆ ਉਹਨਾਂ ਨੇ ਅਸੀਂ ਇਹ ਪੋਸਟ ਦੀ ਪੋਸਟ ਹੀ ਨਹੀਂ ਕਰਦੇ ਆਪਾਂ ਵੀ ਇਹ ਵੀਡੀਓ ਦੀ ਪੋਸਟ ਹੀ ਨਹੀਂ ਕਰਦੇ ਜਿੰਨਾ ਚਿਰ ਹਾਂ ਤਾਂ ਸਹੀ ਗੱਲ ਆ ਅਤੇ ਜੋ ਨਿਊਜ਼ ਸਾਨੂੰ ਅਸੀਂ ਦੇਖੀਏ ਸੋਸ਼ਲ ਮੀਡੀਆ 'ਤੇ ਉਹੀ ਤੁਹਾਨੂੰ ਦੱਸ ਰਹੇ ਹਾਂ ਹਨਾ ਇਹ ਗੱਲ ਤਾਂ ਵੀ ਉਹਦੇ ਘਰ ਤੇ ਗੋਲੀਆਂ ਚੱਲੀਆਂ ਤੇ ਗੈਂਗਸਟਰਾਂ ਨੇ ਚਲਾਈਆਂ ਹਾਂ ਗੈਂਗਸਟਰਾਂ ਨੇ ਚਲਾਈਆਂ ਔਰ ਜਿਹੜੀਆਂ ਹੁਣ ਸਾਡੇ ਦਿਲ ਚੋਂ ਨਿਕਲਣੀਆਂ ਉਹ ਭੜਾਸ ਨਿਕਲਣੀ ਉਹ ਦਿਲ ਦੀ ਸੱਚੀ ਗੱਲ ਆ ਇਹ ਸੱਚੀਆਂ ਹੋਣਗੀਆਂ ਤੁਹਾਨੂੰ ਮੈਂ ਦੱਸਦਾ ਠੀਕ ਆ ਇਹ ਉਹ ਦੇ ਵਿੱਚ ਦਾਊਦ ਦਾ ਨਾਂ ਵੀ ਲਿਆ ਗਿਆ ਵੀ ਤੈਨੂੰ ਦਾਊਦ ਬਚਾ ਲਓ ਇਹ ਵੀ ਤੇਰਾ ਭੁਲੇਖਾ ਕੋਈ ਕਿਸੇ ਤੋਂ ਵੱਡਾ ਸ਼ੇਰ ਨਹੀਂ ਹੈਗਾ ਜਿਹੜਾ ਲੌਕੇ ਬਹਿ ਗਿਆ ਜਿੰਨੇ ਦਿਨ ਜ਼ਿਆਦਾ ਕੱਟ ਗਿਆ ਉਹ ਆਪਦੇ ਆਪ ਨੂੰ ਸ਼ੇਰ ਰਖਵਾਉਂਦਾ ਠੀਕ ਆ ਲੌਕੇ ਤਾਂ ਬੰਦਾ 100 ਸਾਲ ਕੱਢ ਦੇਵੇ ਹੁਣ ਦਾਊਦ ਕਿਹੜਾ ਲੁਕਿਆ ਨਹੀਂ ਹੋਇਆ ਇੰਡੀਆ ਤੋਂ ਹਨਾ ਪਿੱਠ ਪਿੱਛੇ ਵਾਰ ਤਾਂ ਸਾਰੇ ਹੀ ਕਰ ਜਾਂਦੇ ਆ ਹਨਾ ਸੌਖਾ ਹੁੰਦਾ ਬੰਦੇ ਨੂੰ ਤੁਰੇ ਆਉਂਦੇ ਤੇ ਗੋਲੀ ਮਾਰ ਦੇਣੀ ਸੌਖੀ ਹੁੰਦੀ ਆ ਬਾਹਲੀ ਉਹ 10 ਸਾਲ ਦਾ ਜਵਾਕ ਵੀ ਮਾਰ ਸਕਦਾ ਬੰਦੇ ਨੂੰ ਉਹਨੂੰ ਕੋਈ ਦਲੇਰੀ ਨਹੀਂ ਕਹਿੰਦੇ ਉਹਨੂੰ ਗੈਂਗਸਟਰ ਨੂੰ ਸਹੀ ਗੱਲ ਇਹਨਾਂ ਦੀ ਕੋਈ ਪਰਿਭਾਸ਼ਾ ਨਹੀਂ ਹੈਗੀ ਇਹਨਾਂ ਦਾ ਕੋਈ ਉਹ ਲੈਵਲ ਨਹੀਂ ਹੈਗਾ ਹਨਾ ਪਹਿਲਾਂ ਹੁੰਦਾ ਸੀ ਬਦਮਾਸ਼ਾਂ ਦਾ ਸੀ ਬਰਾਬਰ ਦਾ ਟੱਕਰ ਹੁੰਦਾ ਸੀ ਨਾ ਉਦੋਂ ਐਨ ਭਿੜਦੇ ਹੁੰਦੇ ਸੀ ਬਦਮਾਸ਼ ਕਹਿ ਕੇ ਵੀ ਟਾਈਮ ਬੰਨ ਕੇ ਤੇ ਉਹ ਗੈਂਗਸਟਰ ਵਾਕਈ ਸਹੀ ਗੱਲ ਆ ਇਹ ਗੈਂਗਸਟਰ ਲਫ਼ ਜੀ ਮੈਨੂੰ ਤਾਂ ਉਹ ਹੈ ਨਹੀਂ ਆ ਚੀਜ਼ ਦਾ ਇਹਦਾ 10 ਸਾਲ ਦਾ ਜਵਾਕ ਵੀ ਗੈਂਗਸਟਰ 40 ਸਾਲ ਦਾ ਵੀ 16 ਸਾਲ ਦਾ ਵੀ ਇਹ ਉਹਦੀ ਬਹਾਦਰੀ ਆ ਬਦਮਾਸ਼ੀ ਨਹੀਂ ਕਹਿ ਸਕਦਾ ਹਾਂ ਪਿੱਛੋਂ ਗੋਲੀ ਮਾਰਨੀ ਆ ਜਾ ਕੇ ਤੇ ਉਹ ਪਿੱਛੋਂ ਗੋਲੀ ਉਹ ਕੋਈ ਵੀ ਮਾਰ ਸਕਦਾ ਜੀ ਤੂੰ ਵੀ ਮਰਜ਼ੀ ਮਰਾ ਲਾ ਚਾਹੇ ਤੂੰ ਆ ਤੇਰੇ ਵੀ ਕੋਈ ਮਾਰ ਸਕਦਾ ਚਾਹੇ ਕੋਈ ਹੋਰ ਕਿਸੇ ਦੇ ਕੋਈ ਵੀ ਮਾਰ ਸਕਦਾ ਹੁਣ ਖੜ ਕੇ ਜਾਣਾ ਦੱਸੋ ਬਈ ਅਸੀਂ ਖੜੇ ਹਾਂ ਤੇਰੇ ਘਰ ਮੂਹਰੇ ਅਸੀਂ ਗੋਲੀਆਂ ਲਾਉਣੀਆਂ 5 ਵਜੇ ਤੇਰੇ ਦਰਾਂ ਮੂਹਰੇ ਚਲਾਉਣੀਆਂ ਨੇ ਫਿਰ ਤਾਂ ਗੱਲ ਵੀ ਮੰਨਦੇ ਆ ਹਨਾ ਤੇ ਆਹ ਕੋਈ ਚੀਜ਼ ਮਤਲਬ ਸਾਡੇ ਵੱਲੋਂ ਤਾਂ ਆਪਾਂ ਇਹਦੀ ਨਿਖੇਧੀ ਕਰਦੇ ਹਾਂ ਚੰਗੀ ਗੱਲ ਨਹੀਂ ਹੈਗੀ ਇਹਦਾ ਵੀ ਧੀ ਪੁੱਤ ਮਾਰਨਾ ਯਾਰ ਬਿਨਾਂ ਗੱਲੋਂ ਜਾਂ ਪੈਸਿਆਂ ਕਰਕੇ ਲਾ ਲਾ ਜਾਂ ਨਿੱਕੀ ਗੱਲ ਕਰਕੇ ਲਾ ਲਾ ਜਿਵੇਂ ਹੁਣ ਇਹਦੀ ਕਰਕੇ ਲਿਖਿਆ ਗਿਆ ਤੂੰ ਸਲਮਾਨ ਖਾਨ ਨਾਲ ਫਿਰਦਾ ਆਦੀ ਪਹਿਲਾਂ ਲਈ ਫਿਰਦਾ ਜਾਂ ਦੋਸਤ ਆ ਜਾਂ 3600 ਕੰਮ ਆ ਬੰਦੇ ਨੂੰ ਹੁਣ ਇੰਨੀ ਕੁ ਗੱਲ ਲਈ ਕਿਸੇ ਦਾ ਘਰ ਤਬਾਹ ਕਰਨਾ ਗਲਤ ਗੱਲ ਆ ਯਾਰ ਕੱਲ ਨੂੰ ਮੈਂ ਕਿਸੇ ਨੂੰ ਨਹੀਂ ਬੁਲਾਉਂਦਾ ਹਨਾ ਮੈਂ ਕਿਸੇ ਨੂੰ ਨਹੀਂ ਬੁਲਾਉਂਦਾ ਮੇਰਾ 100 ਮਤ ਭੇਜਦਾ ਬੰਦੇ ਨਾਲ ਮੈਂ ਇਹਨੂੰ ਥੋੜਾ ਰੋਕ ਸਕਦਾ ਵੀ ਤੂੰ ਵੀ ਨਹੀਂ ਬੁਲਾਉਣਾ ਉਹਨੂੰ ਸਹੀ ਗੱਲ ਆ ਹਨਾ ਇਹ ਤਾਂ ਇਹਦੀ ਮਰਜ਼ੀ ਆ ਉਹ ਇਹਨਾਂ ਦੀ ਉਹਨਾਂ ਦੀ ਬੌਂਡ ਹੋਊਗੀ ਭਾਈ ਬੁਲਾਉਂਦੇ ਚਲਾਉਂਦਾ ਮੇਰਾ ਉਹਦੇ ਨਾਲ ਚੱਲਦਾ ਐਂ ਕਰਕੇ ਜ਼ਬਰਦਸਤੀ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਆਪਦਾ ਡਿਸੀਜਨ ਬਟ ਬਾਈ ਇਹ ਪੰਜਾਬੀ ਇੰਡਸਟਰੀ ਦੇ ਆਪ ਬੀਜੇ ਹੋਏ ਕੰਢੇ ਨੇ ਹੁਣ ਹੁਣ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈ ਆਪਾਂ ਇਹ ਪੰਜਾਬੀ ਇੰਡਸਟਰੀ ਬੀਜੇ ਹੋਏ ਕੰਢੇ ਨੇ ਜਿਹੜੇ ਇਹਨਾਂ ਦੇ ਚੁਬਣੇ ਹੀ ਚੁਬਣੇ ਆ ਪੰਜਾਬੀ ਅਸੀਂ ਪਹਿਲਾਂ ਹੀ ਬੋਲਦੇ ਨੇ ਪੰਜਾਬੀ ਇੰਡਸਟਰੀ ਤੇ ਕਬੱਡੀ ਇਹ ਤੁਹਾਨੂੰ ਬਈ ਤੁਹਾਨੂੰ ਚੁਗਣੇ ਪੈਣੇ ਆ ਜਿਹੜੇ ਕੰਢੇ ਤੁਸੀਂ ਬੀਜੇ ਆ ਇਹ ਤੁਹਾਨੂੰ ਮੈਂ ਸਹੀ ਗੱਲ ਦੱਸ ਰਿਹਾ ਇਹ ਮੁੰਡਾ ਕਬੱਡੀ ਵਾਲਾ ਪਲੇਅਰ ਮਾਰਿਆ ਠੀਕ ਆ ਉਹਦੇ ਦੋ ਛੋਟੇ ਛੋਟੇ ਜਵਾਕ ਰੋਲ ਤੇ ਸਿੱਧੂ ਮੂਸੇਵਾਲਾ ਮਾਰਿਆ ਵਧੀਆ ਸਿੰਗਰ ਸੀਗਾ ਸਾਰਾ ਕੁਛ ਜੇ ਯਾਰ ਉਹ ਗਲਤ ਹੁੰਦਾ ਉਹਨੂੰ ਦੁਨੀਆ ਇੰਨਾ ਪਿਆਰ ਕਰਦੀ ਜੇ ਕਹਿੰਦੇ ਵੀ ਉਹ ਜਿਹੜੀ ਪੋਸਟ ਵਿੱਚ ਲਿਖਿਆ ਉਹ ਕ੍ਰਿਮੀਨਲ ਸੀ ਉਹ ਬੜਾ ਘਮੰਡੀ ਸੀਗਾ ਹੈਂ ਹੰਕਾਰਿਆ ਸੀ ਐਵੇਂ ਆਪਦੇ ਕੋਲੋਂ ਠੀਕ ਆ ਕੋਈ ਕਿਸੇ ਨੂੰ ਨਹੀਂ ਬਣਦੀ ਉਹਨਾਂ ਹੀ ਲੱਗਦੀ ਜਾਂ ਸਿੱਧੂ ਨੇ ਉਹਨਾਂ ਨੂੰ ਬੋਲਿਆ ਵੀ ਹੋਊ ਪਰ ਮਾਰਨਾ ਹੱਲ ਨਹੀਂ ਹੁੰਦਾ ਯਾਰ ਕਿਸੇ ਦੀ ਜਾਨ ਲੈ ਲੈਣੀ ਹਨਾ ਚੰਗੀ ਗੱਲ ਨਹੀਂ ਹੈਗੀ ਇਹ ਜਿਹੜੀ ਹੁਣ ਗੱਲ ਪੰਜਾਬੀ ਇੰਡਸਟਰੀ ਦੀ ਆ ਇਹਨਾਂ ਨੇ ਆਪ ਬੀਜੇ ਹੋਏ ਕੰਢੇ ਆ ਬਾਈ ਉਦੋਂ ਤਾਂ ਇਹ ਚੁੱਪਰੇ ਹੌਲੀ ਹੌਲੀ ਹਾਂਜੀ ਹਾਂਜੀ ਜੀ ਹਜ਼ੂਰੀ ਕਰੀ ਗਏ ਇਹ ਤਾਂ ਆਪਣਾ ਵੀ ਬਾਈ ਆ ਆਪਣਾ ਵੀ ਬਾਈ ਆ ਆਪਣੇ ਨਾਲ ਨਹੀਂ ਹੋਣੀ ਹੁਣ ਘੁੰਮ ਫਿਰ ਕੇ ਹੋਣ ਲੱਗ ਗਈ ਹੁਣ ਗਿੱਪੀ ਤੋਂ ਸਟਾਰਟ ਹੋ ਗਿਆ ਹੁਣ ਦੇਖੀ ਸਭ ਤੇ ਘੁੰਮਣਾ ਹੀ ਘੁੰਮਣੀ ਹੈ ਸੂਈ ਆਉਣੀ ਆਉਣੀ ਹੈ ਸਭ ਤੇ ਕਰਨਾ ਕਿਸੇ ਗੱਲ ਹੀ ਭੱਜ ਕੇ ਆਇਆ ਪਤਾ ਲੱਗਿਆ ਨਾ ਤੁਹਾਨੂੰ 2 ਦਿਨ ਪਹਿਲਾਂ ਉਹਦੇ ਵਲੌਗ 'ਚ ਦੱਸਿਆ ਸੀ ਵੀ ਕਿਉਂ ਆਇਆ ਕੀ ਰੀਜ਼ਨ ਹੁਣ ਲੱਗ ਗਿਆ ਨਾ ਪਤਾ ਕਿਉਂ ਇੱਥੇ ਆ ਕੇ ਬੈਠਾ ਕਿਉਂਕਿ ਇੱਥੇ ਗੋਲੀ ਨਹੀਂ ਚੱਲ ਸਕਦੀ ਇੱਥੇ ਚਾਂਸ ਹੀ ਕੋਈ ਨਹੀਂ ਅਗਰ ਚੱਲੂਗੀ ਤਾਂ ਉਹ ਬੰਦੇ ਦਾ ਉਹ ਤਾਂ ਡਿਸੀਜਨ ਆਊਗਾ ਉਸ ਦਿਨ ਹੀ 1 ਘੰਟੇ ਦੇ ਅੰਦਰ 1 ਘੰਟਾ ਵਾਧੂ ਉਹਦੇ ਲਈ ਜਿਹੜਾ ਗੋਲੀ ਚਲਾਉ ਹਾਂ ਜੇ ਤਾਂ ਕੋਈ ਰਾਕਟ 'ਚ ਬਹਿ ਕੇ ਨਿਕਲ ਗਿਆ ਤਾਂ ਗੱਲ ਕੀ ਕਹਿਣਾ ਨਹੀਂ ਤਾਂ ਇੱਥੇ 5 ਮਿੰਟ ਨਹੀਂ ਟੱਪਣ ਦੇਣੇ ਇਹਨਾਂ ਨੇ ਠੀਕ ਆ ਵੈਸੇ ਤਾਂ ਹੁੰਦਾ ਨਹੀਂ ਇਹ 100% ਗਰੰਟੀ ਆ ਤੇ
ਬਾਕੀ ਕਰਨੇ ਨੇ ਕਿਹੜਾ ਸ਼ੋਅ ਲਾਉਣ ਨਹੀਂ ਜਾਣਾ ਇੰਡੀਆ ਜਾਂ ਕੈਨੇਡਾ ਜਾਂ ਕਿਤੇ ਵੀ ਹੋਰ ਬੰਦਾ ਸੇਫ ਤਾਂ ਨਹੀਂ ਟੈਨਸ਼ਨ ਤਾਂ ਦਿਮਾਗ ਤੇ ਬਣੀ ਰਹਿਣੀ ਆ ਜਿਹੜੀ ਮਤਲਬ ਤੁਸੀਂ ਲੋਦਾ ਲਾ ਕੇ ਨਾਲ ਘੁੰਮਣ ਲੱਗੇ ਹੋ ਨਾ ਬੰਬ ਬੰਨ ਕੇ ਉਹ ਐਂ ਏਡੀ ਛੇਤੀ ਨਹੀਂ ਲੈਣਾ ਇਹ ਲੇਕਿਨ ਇਹ ਚੀਜ਼ ਤੁਹਾਨੂੰ ਹੁਣ ਸਮਝਣੀ ਪੈਣੀ ਆ ਕਿਉਂਕਿ ਅਸੀਂ ਤਾਂ ਕਹਿੰਦੇ ਵੀ ਤੁਹਾਡਾ ਬੋਲਣਾ ਜ਼ਰੂਰੀ ਆ ਤੁਹਾਡੀ ਗੱਲ ਸੁਣੀ ਜਾਂਦੀ ਆ ਹੁਣ ਤੁਹਾਡੀ ਗੱਲ ਤੁਸੀਂ ਆਪਦਾ ਸਪੀਕਅਪ ਕਰੋ ਹੁਣ ਹੁਣ ਗੱਲ ਕਰਾਂਗੇ ਪੰਜਾਬ ਗਵਰਨਮੈਂਟ ਦੀ ਜਿਹੜੀ ਪੰਜਾਬ ਦੀ ਕਰੰਟ ਗਵਰਨਮੈਂਟ ਆ ਐਕਸਪੈਕਟੇਸ਼ਨਸ ਬਹੁਤ ਹਾਈ ਸੀਗੀਆਂ ਗੌਰਮੈਂਟ ਤੋਂ ਅਤੇ ਹੁਣ ਪਤਾ ਨਹੀਂ ਹੈਗਾ ਇੱਕੋ ਦਮ ਹੀ ਕਿਉਂ ਡਰੈਗ ਹੋਏ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਗਰੀਬ ਮਾਂ ਦਾ ਪੁੱਤ ਚੱਕ ਲਿਆ ਜੀ ਅਸੀਂ ਕੋਈ ਅਮੀਰ ਨਹੀਂ ਚੱਕਿਆ ਉਹਨੂੰ ਟਿਕਟ ਦੇ ਤੀ ਉਹ ਪਹਿਲਾਂ ਪਹਿਲਾਂ ਦੇਖੇ ਸਾਰੇ ਸੋਸ਼ਲ ਮੀਡੀਆ 'ਤੇ ਪੂਰੀ ਫੁੱਲ ਪਰਫੋਰਮੈਂਸ ਦਿੱਤੀ ਆਹ ਜਦੋਂ ਹੁਣ ਆ ਕੇ ਪੋਸਟਾਂ 'ਤੇ ਬਹਿ ਕੇ ਹੁਣ ਕੋਈ ਇੱਕ ਬੰਦਾ ਹੀ ਨਹੀਂ ਦਿੰਦਾ ਉਹਨਾਂ ਦਾ ਹਰੇਕ ਮੋੜ 'ਤੇ ਕਿਸੇ ਦਾ ਕਤਲ ਹੋ ਰਿਹਾ ਵਾ ਚੋਰੀ ਚਕਾਰੀ ਗੈਂਗਸਟਰ ਤੇ ਨਸ਼ਾ ਲੈਵਲ ਤੇ ਦਾ ਸਰਕਾਰ ਹਜੇ ਤੱਕ ਜਮਾ ਹੀ ਫੇਲ ਆ ਤੇ ਮੰਨਿਆ ਠੀਕ ਆ ਪੁਰਾਣੀਆਂ ਸਰਕਾਰਾਂ ਦੇ ਕੰਡੇ ਬੀਜੇ ਹੋਏ ਤੁਸੀਂ ਕਦੋਂ ਚੁਗੋਗੇ ਸਟਾਰਟ ਤਾਂ ਕਰੋ ਤੁਸੀਂ ਕਦੋਂ ਚੁਗੋਗੇ ਸਟਾਰਟ ਤਾਂ ਸਿੰਗਰ ਇਕੱਠੇ ਹੋ ਕੇ 8-10 ਟੌਪ ਸਿੰਗਰ ਜਿਹੜੇ ਵੱਡੇ ਆ ਕਮੇਟੀ ਬਣਾ ਕੇ ਪਹੁੰਚਦੇ ਕਿਉਂ ਨਹੀਂ ਸਰਕਾਰ ਕੋਲੇ ਵੀ ਸਾਡੇ ਤੇ ਆਹ ਇਸ ਤਾਂ ਪੈਸਾ ਦੇ ਕੇ ਉਹਨਾਂ ਨੂੰ ਥੱਕੇ ਪਏ ਆ ਇਸ ਤਾਂ ਇੱਕ ਨੂੰ ਪੈਸਾ ਦਿੰਦੇ ਆ ਦੂਜੇ ਦਾ ਦੂਜੇ ਦੀ ਕਾਲ ਆ ਜਾਂਦੀ ਆ ਇਹੀ ਕਹਿਣ ਦਾ ਮਤਲਬ ਇਹ ਆ ਤੁਹਾਡੀ ਤੁਸੀਂ ਲਾਈਵ ਹੁੰਦੇ ਹੋ 5 ਮਿੰਟ ਲਈ ਲੱਖਾਂ ਲੋਕ ਤੁਹਾਨੂੰ ਦੇਖਦੇ ਆ ਤੁਹਾਡੀ ਗੱਲ ਹਰ ਇੱਕ ਕੋਲ ਪਹੁੰਚ ਜਾਣੀ ਆ ਤੁਸੀਂ ਇਕੱਠੇ ਹੋ ਕੇ ਕਹਿੰਦੇ ਕਿਉਂ ਨਹੀਂ ਗੌਰਮੈਂਟ ਨੂੰ ਹਨਾ ਪੰਜਾਬ ਦੇ ਵਿੱਚ ਯਾਰ ਕਿੰਨੇ ਦੇ ਗੋਲੀਆਂ ਲੱਗਦੀਆਂ ਕਿਹਦੀ ਨਿਊਜ਼ ਆਉਂਦੀ ਆ ਟਾਮੀ ਟੱਲੀ ਕੋਈ ਨਿਊਜ਼ ਆਉਂਦੀ ਆ ਕਿਸੇ ਦੀ ਗੋਲੀਬਾਜੀ ਕੋਈ ਗੈਂਗਸਟਰ ਨੂੰ ਧਮਕੀ ਆ ਗਈ ਕਿਸੇ ਨੂੰ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਸਿੰਗਰਾਂ ਦੇ ਛੋਟੀ ਜਿਹੀ ਗੱਲ ਹੋ ਜਾਵੇ ਪੂਰੇ ਪੰਜਾਬ ਨੂੰ ਪਤਾ ਹੁੰਦਾ ਪੂਰੇ ਪੰਜਾਬ ਨੂੰ ਪਤਾ ਪੂਰੇ ਨਿਊਜ਼ ਚੈਨਲਾਂ ਤੇ ਹੁੰਦੀ ਆ ਤਾਂ ਮਤਲਬ ਇਹ ਆ ਤੁਹਾਨੂੰ ਸਪੀਕਅਪ ਕਰਨਾ ਪੈਣਾ ਵਾ ਤੁਸੀਂ ਇਕੱਠੇ ਹੋ ਕੇ ਬੋਲੋ ਤਾਂ ਕਿ ਕਈਆਂ ਹੋਰਾਂ ਦੀਆਂ ਜਾਨਾਂ ਬਚ ਸਕਣ ਆਮ ਲੋਕਾਂ ਦੀਆਂ ਵੀ ਜਾਨਾਂ ਬਚ ਸਕਣ ਕਿੱਡੀ ਗੱਲ ਆ ਯਾਰ ਜਿਹੜਾ ਬੰਦਾ ਬਦਮਾਸ਼ੀ ਕਰ ਰਿਹਾ ਵਾ ਜਾਂ ਕੋਈ ਵੀ ਆ ਜਿਹੜਾ ਬੰਦਾ ਬਦਮਾਸ਼ੀ ਕਰ ਰਿਹਾ ਉਹਨੂੰ ਤਾਂ ਭੈਣ ਚੋ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੋਈ ਆ ਇੰਨੀ ਤਾਂ ਸਿਕਿਉਰਿਟੀ ਮੈਂ ਕਹਿੰਦਾ ਆਪਣੇ PM ਕੋਲ ਨਹੀਂ ਹੋਣੀਗੀ ਜਿਹੋ ਲਈ ਫਿਰ ਜਿਹੋ ਜਿਹੀਆਂ ਕਾਰਾਂ 'ਚ ਉਹਨੂੰ ਲੈ ਕੇ ਆਉਂਦੇ ਨੇ ਮਤਲਬ ਬੰਦਿਆਂ ਨੂੰ ਗੈਂਗਸਟਰਾਂ ਨੂੰ ਫਿਰ ਤਾਂ ਠੀਕ ਆ ਫਿਰ ਤਾਂ ਹਰੇਕ ਬੰਦਾ ਗੈਂਗਸਟਰ ਹੀ ਬਣੂਗਾ ਪਹਿਲਾਂ ਬੰਦਾ ਯਾਰ ਨਾਲੇ ਮੈਂ ਚਪੇੜਾਂ ਮਾਰਦਾ ਲੋਕਾਂ ਦੇ ਨਾਲੇ ਉਹਨਾਂ ਦੇ ਪੈਸੇ ਖੋਵਾਂ ਅਤੇ ਨਾਲੇ ਮੈਨੂੰ ਪ੍ਰੋਟੈਕਸ਼ਨ ਮਿਲ ਜੂ ਠੀਕ ਆ ਅਤੇ ਇਹ ਚੀਜ਼ਾਂ ਨੇ ਤੋ ਸਾਡੀ ਤੁਹਾਨੂੰ ਇਹ ਗੁਜ਼ਾਰਿਸ਼ ਆ ਬਾਈ ਇਹ ਕਮਾਈ ਕਰਨੀ ਸੌਖੀ ਆ ਹੁਣ ਮਿਹਨਤ ਦੀ ਕਮਾਈ ਸਾਨੂੰ ਪਤਾ ਮਰ ਮਰ ਕੇ ਕਿੰਨਾ ਟਾਈਮ ਹੋ ਗਿਆ ਸਹੀ ਗੱਲ ਆ ਸਵੇਰ ਦਾ ਬੰਦੇ 9-10 ਵਜੇ ਵੱਜ ਜਾਂਦੇ ਆ ਮਿਹਨਤ ਦੀ ਜਿਹੜੀ ਰਾਤ ਦੇ 9 ਵੱਜਣ ਵਾਲੇ ਹਜੇ ਤੂੰ ਰਾਤ ਫੇਰ ਕੱਢਣੀ ਆ ਰਾਤ ਫੁੱਲ ਫੇਰ ਲੱਗ ਜਾਣੀ ਆ ਤੇ ਇਹ ਹੁੰਦੀ ਆ ਮਿਹਨਤ ਦੀ ਕਮਾਈ ਉਹ ਤਾਂ ਕਮਾਈ ਬਹੁਤ ਸੌਖੀ ਆ ਫੋਨ ਕਰਕੇ ਤੇ ਜਵਾਕਾਂ ਨੇ 10 ਚੀਜ਼ਾਂ ਮੰਗਣੀਆਂ ਤੇ ਵਿੱਚੋਂ ਅਸੀਂ 9-8 ਨੂੰ ਜਵਾਬ ਦੇਣਾ ਤੇ ਇੱਕ ਅੱਧੀ ਲੈ ਕੇ ਦੇਣੀ ਸਮਝ ਗਿਆ ਪੈਸੇ ਬਚਾਉਂਦੇ ਬਚਾਉਂਦੇ ਤੁਹਾਨੂੰ ਸਮਝਣ ਦੀ ਲੋੜ ਆ ਇਹ ਸਿਰਫ ਬਾਈ ਇੰਡਸਟਰੀ ਨੂੰ ਸਮਝਣ ਦੀ ਲੋੜ ਆ ਸਪੀਕਅਪ ਦੀ ਆਪਾਂ ਲਾਸਟ ਟਾਈਮ ਜਦੋਂ ਕਰਨ ਔਜਲਾ ਤੇ ਬਲੌਗ ਬਣਾਇਆ ਸੀ ਨਾ ਉਦੋਂ ਵੀ ਗੱਲ ਕਹੀ ਸੀ ਇਹਨਾਂ ਨੂੰ ਬੋਲਣਾ ਪੈਣਾ ਇਹਨਾਂ ਨੂੰ ਦੁਬਈ ਆ ਕੇ ਲੱਗ ਗਿਆ ਕੋਈ ਕਿੱਥੇ ਕੋਈ ਜੈਡ ਸਿਕਿਉਰਿਟੀ ਲੈ ਗਿਆ ਉਦਾਂ ਨਹੀਂ ਥੋੜੇ ਦਿਨ ਐਮੀ ਵਰਕ ਕਹੀ ਜਾਂਦਾ ਸੀ ਅਣਖ ਨਾਲ ਜਿਉਂ ਨਹੀਂ ਹੋਣਾ ਮੰਨਦੇ ਆ ਡਰ ਹੁੰਦਾ ਵਾ ਜੇ ਅਣਖ ਨਾਲ ਜਿਉਣਾ ਤਾਂ ਕਹਿੰਦੇ ਇੱਥੇ ਗੋਲੀ ਵੱਜੂਗੀ ਮਰਨਾ ਪਊਗਾ ਉਹ ਵੀ ਉਹਦੀ ਗੱਲ ਉਹ ਸਹੀ ਆ ਸਹੀ ਆ ਉਹ ਮਰ ਗਿਆ ਜਿਹੜਾ ਅਣਖ ਨਾਲ ਜਿਉਂਦਾ ਸੀ ਮਰ ਗਿਆ ਕਹਿੰਦਾ ਮੈਂ ਚਾਹੁੰਦਾ ਵੀ ਮੈਂ ਵੀ ਬਾਹਰ ਆਪਦੀ ਫੈਮਿਲੀ ਲੈ ਕੇ ਚਲਾ ਜਾਵਾਂ ਕਿੱਥੇ ਕੁ ਭੱਜ ਲਓਗੇ ਤੁਸੀਂ ਕਸੂਤੇ ਫਸੇ ਹੋ ਬਾਈ ਤੁਸੀਂ ਆਪਦੇ ਪੈਰਾਂ 'ਚ ਬੇੜੀਆਂ ਨਹੀਂ ਸ਼ਿਕੰਜੇ ਪਾਏ ਹੋਏ ਨੇ ਠੀਕ ਹੈ ਇਹ ਤੁਹਾਡੇ ਗਿੱਟੇ ਵੱਜਣੇ ਜੇਕਰ ਨਹੀਂ ਛੱਲੇ ਜਾਂਦੇ ਉਹਨਾਂ ਚੱਕਰ ਤੁਹਾਨੂੰ ਨਹੀਂ ਮਿਲਣਾ ਕੁਛ ਇਹਨਾਂ ਨੂੰ ਖੁੱਲ੍ਹ ਕੇ ਬੋਲਣਾ ਪੈਣਾ ਯਾਰ ਇੰਡਸਟਰੀ ਨੂੰ ਜਿਹੜਾ ਗੰਦ ਆ ਵਿੱਚ ਤੁਹਾਡਾ ਤਾਂ ਆਪਣਾ ਚੀਫ ਮਿਨਿਸਟਰ CM ਸਾਹਿਬ ਭਗਵੰਤ ਮਾਨ ਉਹ ਤਾਂ ਆਪ ਕਲਾਕਾਰ ਆ ਠੀਕ ਆ ਤੁਹਾਡੀ ਤਾਂ ਇੰਡਸਟਰੀ ਦੇ ਵਿੱਚੋਂ ਆਉਂਦਾ ਤੁਸੀਂ ਇਕੱਠੇ ਹੋ ਕੇ ਜਾਓ ਉਹਨੂੰ ਮਿਲੋ ਦੱਸੋ ਵੀ ਦੁਨੀਆ ਸਾਹਮਣੇ ਆਓ ਭਾਈ ਸਾਡੇ ਨਾਲ ਕੱਲ ਨੂੰ ਕੋਈ ਹੋਰ ਬੰਦਾ ਮਾਰਤਾ ਨਾਟ ਓਨਲੀ ਬਿਸ਼ਨੋਈ ਨੇ ਕੋਈ ਵੀ ਹੋ ਸਕਦਾ ਕੋਈ ਵੀ ਗੈਂਗਸਟਰ ਕੱਲ ਨੂੰ ਉੱਠ ਕੇ ਧਮਕੀ ਦੇ ਕੇ ਤੁਹਾਨੂੰ ਪੋਟਪਰੀ ਤੇ ਗਨ ਰੱਖ ਕੇ ਪੈਸੇ ਲੈ ਕੇ ਜਾ ਸਕਦਾ ਤੁਹਾਡੇ ਕੋਲ ਹੈਗਾ ਦੇ ਦਿਓ ਕਿੰਨਾ ਟਾਈਮ ਦੇਈ ਜਾਓਗੇ ਪੈਸਿਆਂ ਦੇ ਤਾਂ ਖੂਹ ਦੇ ਖੂਹ ਖਾਲੀ ਹੋ ਜਾਂਦੇ ਨੇ ਕਿੰਨਾ ਟਾਈਮ ਦੇਈ ਜਾਓਗੇ ਯਾਰ ਇਹਨਾਂ ਗੱਲਾਂ ਨੂੰ ਮਿਹਨਤ ਦੀ ਕਮਾਈ ਨਹੀਂ ਦਿੱਤੀ ਜਾਂਦੀ ਹਾਂ ਔਰ ਕਈਆਂ ਕੋਲ ਹੁੰਦੇ ਆ ਕਈਆਂ ਕੋਲ ਨਹੀਂ ਵੀ ਹੁੰਦੇ ਹੁਣ ਬਥੇਰਿਆਂ ਦੀਆਂ ਇੰਟਰਵਿਊ ਸੁਣੀਆਂ ਬਾਈ ਉਹਨਾਂ ਤੋਂ ਇੰਨੇ ਲੱਖਾਂ ਮੰਗ ਲਏ ਅਗਲਾ ਕਹਿੰਦਾ ਸਾਡੀ ਔਕਾਤ 10,000 ਵਾਲੀ ਨੀ ਗੀ ਸਹੀ ਗੱਲ ਆ ਹੁਣ ਇਸ ਟਾਈਮ ਆਪਾਂ ਨੂੰ ਕੋਈ ਕਹਿ ਦੇਵੇ ਤੂੰ ਬਾਈ 2,00,000 ਦੇ ਸਾਨੂੰ ਕਿੱਥੋਂ ਦੋ ਬੰਦਾ 5,00,000 ਦੇ ਬੰਦਾ ਕਿੱਥੋਂ ਕੱਢ ਕੇ ਸੌਖਾ ਹੋ ਗਿਆ ਕੰਮ ਇਹ ਕਰਨਾ ਮਤਲਬ ਇਹੀ ਮਕਸਦ ਸੀ ਨਿਊਜ਼ ਦੇਖੀ ਦਿਲ ਕੀਤਾ ਕਿ ਯਾਰ ਬੋਲਣਾ ਚਾਹੀਦਾ ਵਾ ਕਿੰਨਾ ਟਾਈਮ ਤੁਸੀਂ ਭੱਜੇ ਬਾਕੀ ਤੁਹਾਡੀ ਮਰਜ਼ੀ ਆ ਜਿਹਦੇ ਚ ਦਲੇਰੀ ਆ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਐਂ ਕਰਕੇ ਬਚ ਲਓਗੇ ਤਾਂ ਫਿਰ ਠੀਕ ਆ ਬਚੀ ਜਾਓ ਫਿਰ ਤੁਹਾਡਾ ਸੌਖਾ ਨਹੀਂ ਬਚਿਆ ਜਾਣਾ ਇੱਕ ਦਿਨ ਟਾਈਮ ਆਈ ਜਾਂਦਾ ਜਾਂ ਉਹਨਾਂ ਦੇ ਜਾ ਕੇ ਪੈਰਾਂ 'ਚ ਬਹਿਣਾ ਪੈਣਾ ਹਾਂ ਸਿੱਧੀ ਗੱਲ ਉਹ ਜ਼ਮੀਰ ਤੁਹਾਨੂੰ ਪਤਾ ਮੈਂ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਆ
ਬਈ ਜਮੀਰ ਹੱਥ ਜੋੜੋ ਤੇ ਪੈਰੀ ਪੈ ਜਾਓ ਬਚ ਜਾਓ ਹਾਂ ਇੱਦਾਂ ਹੋ ਜਾਓ ਫਿਰ ਆਹ ਜਮੀਰ ਨੂੰ ਰੱਖ ਦੋ ਸਾਈਡ ਤੇ ਪੈ ਜਾਓ ਪੈਰੀ ਫਿਰ ਉਹਨਾਂ ਦੇ ਹਨਾ ਚਲੋ ਯਾਰ ਬੋਲੋ ਤੁਹਾਡੀ ਗੱਲ ਪਹੁੰਚੂ ਸਾਰ ਜਗ੍ਹਾ ਪਹੁੰਚੂਗੀ ਸ਼ਾਇਦ ਕੁਛ ਹੋ ਜਾਵੇ ਚਲੋ ਦੇਖਣੇ ਕੋਈ ਨੀ ਬੜੀ ਮਿਹਰਬਾਨੀ ਬਟ ਟੇਕ ਕੇਅਰ ਯਾਰ ਕਿਸੇ ਦੀ ਜਾਨ ਲੈਣਾ ਕਿਸੇ ਚੀਜ਼ ਦਾ ਹੱਲ ਨੀ ਟੱਬਰ ਵਾਲੇ ਆਉਂਦੇ ਆ ਬਾਈ ਟੱਬਰ ਵਾਲੇ ਆਉਂਦੇ ਆ ਚਲੋ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸਾਨੂੰ ਦਿਓ ਇਜਾਜ਼ਤ ਇੰਨੀ ਕੁ ਵਾਰਤਾਲਾਪ ਹੋਪਸੋ ਤੁਹਾਨੂੰ ਵਧੀਆ ਲੱਗੀ ਹੋਵੇ ਅਤੇ ਸਾਡੇ ਦਿਲ ਦੀ ਪੜਾਸ ਹੁੰਦੀ ਆ ਸੱਚੀ ਆ ਮਤਲਬ ਇਹ ਨਹੀਂ ਹੈਗਾ ਇੱਧਰ ਉੱਧਰ ਦੀਆਂ ਜਾਂ ਕਿਵੇਂ ਫੜਾਂ ਫੁੜਾਂ ਮਾਰਨੀਆਂ ਜੋ ਗੱਲ ਸਾਹਮਣੇ ਆਈ ਤੁਹਾਨੂੰ ਦੱਸਦੀ ਆ ਆਪਾਂ ਵਲੌਗ ਅਪਲੋਡ ਕਰ ਦੇਣਾ ਤੁਹਾਡੀ ਸਪੋਰਟ ਅਸੀਂ ਕਾਇਮ ਰੱਖਿਓ ਬਾਬਾਸ।